ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਿੱਘੀ ਗੋਤ ਆਨੰਦ ਮਾਣੇ ਗੁਰੂ ਪਿਆਰੇ ਸਾਧ ਸੰਗਤ ਜੀ ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਸਮੁੱਚੇ ਜਗਤ ਨੂੰ, ਗੁਰਦੁਆਰਾ ਸਿੱਖ ਸਾਹਿਬ ਦੀਆਂ ਸਮੁੱਚੀਆਂ ਸੰਗਤਾਂ ਨੂੰ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਆਗਮਨ ਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ। ਦੂਸਰਾ, ਜੋ ਤਿੰਨ ਕਾਲੇ ਆਰਡੀਨੈਂਸ ਕਾਲੇ ਤਿੰਨ ਬਿੱਲ ਸੀ, ਉਹਨਾਂ ਦੀ ਮੋਦੀ ਸਰਕਾਰ ਨੇ ਵਾਪਸ ਲੈਣ ਦੀ ਗੱਲ ਕੀਤੀ ਆ, ਪਰ ਅਸੀਂ ਉੱਨੀ ਦੇਰ ਯਕੀਨ ਨਹੀਂ ਕਰਦੇ ਜਿੰਨੀ ਦੇਰ ਉਹਨਾਂ ਨੂੰ ਰਾਈਟਿੰਗ ਦੇ ਵਿੱਚ ਸਾਨੂੰ ਨਹੀਂ ਦੇ ਦਿੰਦਾ। ਮੈਂ ਛੇਤੀ ਛੇਤੀ ਦੇ ਵਿੱਚ ਬੋਲ ਰਿਹਾ ਕਿਉਂਕਿ ਸਾਡੇ ਬਹੁਤ ਹੀ ਸਤਿਕਾਰਯੋਗ ਭਾਈ ਹਰਜਿੰਦਰ ਸਿੰਘ ਜੀ, ਜਿਹੜੇ ਅਸੀਂ ਉਹਨਾਂ ਕੋਲ ਬੜੇ ਲੰਮੇ ਸਮੇਂ ਤੋਂ ਇੰਤਜ਼ਾਰ ਤੋਂ ਬਾਅਦ ਟਾਈਮ ਸਾਨੂੰ ਮਿਲਿਆ, ਮੈਂ ਉਹਨਾਂ ਦਾ ਟਾਈਮ ਦੇ ਵਿੱਚੋਂ ਬੋਲ ਰਿਹਾ ਵਾਂ, ਮੈਂ ਉਹਨਾਂ ਕੋਲ ਮਾਫ਼ੀ ਮੰਗਦਾ ਵਾਂ। ਭਾਈ ਸਾਹਿਬ ਸਿੰਘ ਜੀ ਕਨੇਡਾ ਵਾਲੇ, ਉਹਨਾਂ ਦਾ ਅਸੀਂ ਸਨਮਾਨ ਕਰਨਾ ਵਾਂ, ਉਹਨਾਂ ਨੂੰ ਵੀ ਥੋੜ੍ਹਾ ਜਿਹਾ ਢਿੱਲੇ ਕਰ ਰਹੇ, ਮੈਂ ਦੋਨਾਂ ਦੇ ਕੋਲੋਂ ਹੱਥ ਜੋੜ ਕੇ ਮਾਫ਼ੀ ਮੰਗਦਾ ਕਿਉਂਕਿ ਇਹ ਕੌਮ ਦਾ ਕੰਮ ਆ, ਸਿੱਖੀ ਦਾ ਕੰਮ ਆ, ਜਿਹਦੇ ਬਾਰੇ ਸਾਨੂੰ ਜ਼ਰੂਰੀ ਬੋਲਣਾ ਪਿਆ। ਮੈਂ ਦੋਵੇਂ ਹੱਥ ਜੋੜ ਕੇ ਮਾਫ਼ੀ ਮੰਗਦਾ ਕਿ ਇਹਨੂੰ ਕੋਈ ਇੱਦਾਂ ਦਾ ਨਾਂ ਲਿਆ ਜਾਵੇ। ਸੰਗਤ ਕੋਲੋਂ ਵੀ ਮਾਫ਼ੀ ਮੰਗਦੇ ਹਾਂ, ਜਿਸ ਤਰ੍ਹਾਂ ਸਾਡੇ ਸਤਿਕਾਰਯੋਗ ਸਰਦਾਰ ਬਲਾਕਾਰ ਸਿੰਘ ਜੀ ਜਨਰਲ ਸਕੱਤਰ ਹੋਣਾ ਇਹ ਗੱਲ ਆਖੀ ਆ ਕਿ ਪਿਛਲੇ ਲੰਮੇ ਸਮੇਂ ਤੋਂ ਜਿੱਦਾਂ ਰਣਜੀਤ ਸਿੰਘ ਢੰਡੀਆਂ ਵਾਲੇ ਪਹਿਲਾਂ ਗੁਰੂ ਦੀ ਗੱਲ ਕਰਦੇ ਰਹੇ ਨੇ, ਬੜਾ ਮਾਣ ਸਨਮਾਨ ਦਿੱਤਾ, ਸਿੱਖ ਸੋਸਾਇਟੀ ਦੇ ਵਿੱਚ ਵੀ ਉਹ ਆ ਕੇ ਹਾਜ਼ਰੀ ਭਰਦੇ ਰਹੇ ਆ, ਪਰ ਪਿਛਲੇ ਸਮੇਂ ਤੋਂ ਵਿਵਾਦਾਂ ਦੇ ਵਿੱਚ ਉਹ ਘਿਰੇ ਹੋਏ ਨੇ। ਸੋ ਉਹਨਾਂ ਨੇ ਜਿੱਥੇ ਸਾਡੇ ਸ਼੍ਰੀ ਅਕਾਲ ਤਖਤ ਸਾਹਿਬ 'ਤੇ ਕਿੰਤੂ ਪਰੰਤੂ ਕੀਤਾ, ਸਾਡੇ ਸਰੋਵਰਾਂ 'ਤੇ ਕਿੰਤੂ ਪਰੰਤੂ ਕੀਤਾ, ਦੁੱਖ ਭੰਜਣੀ ਬਾਰੇ ਬੋਲਿਆ, ਬਾਬਾ ਬਕਾਲਾ ਸਾਹਿਬ ਦੇ ਭੋਰੇ ਬਾਰੇ ਬੋਲਿਆ, ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਲੰਮਾ ਸਮਾਂ ਭੋਰੇ ਦੇ ਵਿੱਚ ਰਹਿ ਕੇ ਬੰਦਗੀ ਕੀਤੀ ਆ, ਉਹਨੂੰ ਭੋਰੇ ਨੂੰ ਵੀ ਕਈ ਕੁਝ ਤਰ੍ਹਾਂ ਨਾਲ ਕਿਹਾ ਗਿਆ। ਆਪਾਂ ਆਪ ਸਭ ਨੇ, ਮੈਨੂੰ ਸ਼ੋਰ ਆ ਕਿ ਤੁਸੀਂ ਜਿਸ ਤਰ੍ਹਾਂ ਸੋਸ਼ਲ ਮੀਡੀਆ 'ਤੇ ਪ੍ਰਚਾਰ ਹੁੰਦਾ ਰਿਹਾ, ਤੁਸੀਂ ਸਾਰਿਆਂ ਨੇ ਸੁਣਿਆ ਵਾ। ਸੋ ਲੰਮੇ ਸਮੇਂ ਤੋਂ ਮੀਟਿੰਗਾਂ ਹੁੰਦੀਆਂ ਰਹੀਆਂ, ਰਾਤੀਂ ਇਹ ਫਾਈਨਲ ਫੈਸਲਾ ਲਿਆ ਗਿਆ ਵਾ ਕਿ ਉਹਨਾਂ ਬਾਰੇ ਜੋ ਮਤੇ ਪੰਥਕ ਜਥੇਬੰਦੀਆਂ ਅਤੇ ਗੁਰੂ ਘਰਾਂ ਦੀਆਂ ਪ੍ਰਬੰਧਕ ਕਮੇਟੀਆਂ ਨੇ ਰਲ ਕੇ ਪਾਏ ਨੇ, ਉਹ ਦਾਸ ਨੂੰ ਹੁਕਮ ਹੋਇਆ ਵਾ ਕਿ ਪੜ੍ਹ ਕੇ ਸੁਣਾਏ ਜਾਣ। ਸੋ ਬੇਨਤੀ ਕਰਾਂਗਾ ਕਿ ਇਹਨਾਂ ਮਸਲਿਆਂ 'ਤੇ ਜੋ ਪਾਏ ਗਏ ਨੇ ਉਹਨਾਂ 'ਤੇ ਜ਼ਰੂਰ ਆਪਾਂ ਗੌਰ ਵੀ ਕਰਨਾ ਵਾ। ਸੋ ਬੇਨਤੀ ਆ ਕਿ 2 ਮਿੰਟ ਵਾਸਤੇ ਤਵੱਜੋ ਦੇਣੀ। ਨਾਰਥ ਅਮਰੀਕਾ ਵਿੱਚ ਢੰਡਰੀਆਂ ਵਾਲੇ ਪ੍ਰਤੀ ਸਖ਼ਤ ਰੁੱਖ, ਗੁਰੂ ਘਰਾਂ ਦੀਆਂ ਕਮੇਟੀਆਂ ਵੱਲੋਂ ਢੰਡਰੀਆਂ ਵਾਲੇ ਦੇ ਬਾਈਕਾਟ ਕਰਨ ਦਾ ਫੈਸਲਾ। ਨਾਰਥ ਅਮਰੀਕਾ ਦੇ ਗੁਰੂ ਘਰਾਂ ਦੀਆਂ ਪ੍ਰਬੰਧਕ ਕਮੇਟੀਆਂ ਅਤੇ ਪੰਥਕ ਜਥੇਬੰਦੀਆਂ ਦੀ ਟੈਲੀਕਾਨਫਰੰਸ ਸਿੱਖ ਕਲਚਰ ਸੁਸਾਇਟੀ ਰਿਚਮਿਨ ਹਿੱਲ ਨਿਊਯਾਰਕ ਅਤੇ ਈਸਟ ਕੋਸਟ ਦੇ ਸਿੱਖ ਕੋਆਰਡੀਨੇਸ਼ਨ ਕਮੇਟੀ ਦੇ ਸੱਦੇ 'ਤੇ ਹੋਈ, ਜਿਸ ਵਿੱਚ ਕਰੀਬ 129 ਨੁਮਾਇੰਦਿਆਂ ਨੇ ਅਮਰੀਕਾ ਦੇ ਕੁਝ ਅਤੇ ਕੈਨੇਡਾ ਤੋਂ ਭਾਗ ਲਿਆ। ਇਸ ਮੀਟਿੰਗ ਦਾ ਵਿਸ਼ਾ ਸੀ, ਇੰਨੀ ਦਿਨੀ ਰਣਜੀਤ ਸਿੰਘ ਢੰਡਰੀਆਂ ਵਾਲਾ ਅਮਰੀਕਾ ਵਿੱਚ ਆਇਆ ਹੋਇਆ ਹੈ, ਜੋ ਪਿਛਲੇ ਲੰਮੇ ਸਮੇਂ ਤੋਂ ਸਿੱਖੀ ਸ਼ਰਧਾ, ਵਿਸ਼ਵਾਸ, ਮਾਨਵਤਾ, ਪਰੰਪਰਾਵਾਂ, ਇਤਿਹਾਸ ਅਤੇ ਖਾਲਸਾਈ ਖਾਲਸਾਈ ਜਾਹੋ ਜਹਾਲ ਵਿਰੁੱਧ ਲਗਾਤਾਰ ਜਹਿਰ ਉਗਰਦਾ ਰਹਿੰਦਾ ਹੈ। ਸਰਕਾਰੀ ਅਤੇ RSS ਦੀ ਸਤਰ ਛਾਇਆ ਹੇਠ ਪਲ ਰਿਹਾ ਇਹ ਬੰਦਾ ਹਰ ਸਿੱਖ ਸੰਸਥਾ ਇਤਿਹਾਸਿਕ ਸਥਾਪਨਾ ਪ੍ਰਤੀ ਕੁਫਰ ਬੋਲ ਕੇ ਵਿਸ਼ ਘੋਲਦਾ ਰਹਿੰਦਾ ਹੈ। ਇਸ ਦੀਆਂ ਇਸ ਕਿਸਮ ਦੀਆਂ ਬੇਹੁਦਗੀਆਂ ਤੋਂ ਸਮੁੱਚਾ ਸਿੱਖ ਜਗਤ ਮਾਨਸਿਕ ਪੀੜਾ ਹਟਾ ਰਿਹਾ ਹੈ। ਅੱਜ ਅਮਰੀਕਾ ਆ ਕੇ ਆਪਣੇ ਕੁਝ ਕੁ ਅੰਧ ਵਿਸ਼ਵਾਸਾਂ ਦੇ ਭਗਤਾਂ ਦੇ ਸਹਾਰੇ ਕੌਮ ਵਿੱਚ ਪਾੜਾ ਪਾਉਣ ਦੀ ਕੋਸ਼ਿਸ਼ ਕਰ ਰਿਹਾ ਹੈ, ਜੋ ਇਸ ਦਾ ਅਸਲ ਮਕਸਦ ਹੈ। ਸਾਰੇ ਨੁਮਾਇੰਦਿਆਂ ਨੇ ਇਹ ਸਹਿਮਤੀ ਦਿੱਤੀ ਹੈ ਕਿ ਇਸ ਨੂੰ ਗੁਰੂ ਘਰਾਂ ਦੀ ਕਿਸੇ ਵੀ ਸਟੇਜ ਤੋਂ ਨਾ ਸਮਾਂ ਦਿੱਤਾ ਜਾਵੇ, ਅਤੇ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਜੋ ਸਾਡੇ ਭੈਣ ਭਰਾ ਇਹਦੇ ਪ੍ਰੋਗਰਾਮ ਆਪਣੇ ਘਰਾਂ ਦੇ ਵਿੱਚ ਕਰਦੇ ਨੇ, ਉਹਨਾਂ ਦੇ ਨਾਲ ਵੀ ਬਹਿ ਕੇ ਉਹਨਾਂ ਨੂੰ ਜੋ ਇਹ ਕੂੜ ਪ੍ਰਚਾਰ ਕਰਦਾ ਵਾ ਉਹਦੇ ਬਾਰੇ ਬੜਾ ਕਲੀਅਰੀ ਸ਼ਬਦਾਂ ਵਿੱਚ ਦੱਸਿਆ ਜਾਵੇ ਕਿ ਇਹ ਜੋ ਇਨਸਾਨ ਆ ਰਣਜੀਤ ਸਿੰਘ, ਜੋ ਗੁਰੂ ਘਰ ਦੀਆਂ ਗੁਰੂ ਘਰਾਂ ਬਾਰੇ, ਗੁਰੂ ਘਰ ਦੀਆਂ ਪਰੰਪਰਾਵਾਂ ਬਾਰੇ, ਅੰਮ੍ਰਿਤ ਸੰਚਾਰ ਬਾਰੇ, ਸਰੋਵਰ ਬਾਰੇ ਜੋ ਵੀ ਬੋਲਦਾ, ਉਹਨਾਂ ਦੇ ਨਾਲ ਬਹਿ ਕੇ ਇੱਕ ਵਾਰ ਸੰਪਰਕ ਕੀਤਾ ਜਾਵੇ। ਜੇ ਉਹ ਵੀਰ ਇਸ ਗੱਲ ਤੋਂ ਥੜਕਦੇ ਆ ਜਾਂ ਉਹ ਸਿੱਖ ਮਰਿਆਦਾ ਅਨੁਸਾਰ ਜੋ ਸਾਡੀਆਂ ਰਹਿਤ ਮਰਿਆਦਾ ਉਹਨਾਂ ਦੇ ਨਾਲ ਨਹੀਂ ਚੱਲਦੇ, ਤਾਂ ਫਿਰ ਉਹਨਾਂ ਦਾ ਵੀ ਬਾਈਕਾਟ ਕੀਤਾ ਜਾਵੇ। ਸੋ ਮੈਂ ਸੋਚਦਾ ਵਾਂ ਕਿ ਇਹ ਪਹਿਲਾ ਸਟੈਪ ਹੈ ਜਥੇਬੰਦੀਆਂ ਦਾ, ਕਿਉਂਕਿ ਲੰਬੇ ਸਮੇਂ ਤੋਂ ਜਿਵੇਂ ਕਿ ਸਾਡੇ ਟਕਸਾਲੀ ਸਿੰਘਾਂ ਦੇ ਨਾਲ ਵੀ ਇਹਨਾਂ ਦਾ ਕਾਫੀ ਉੱਥੇ ਚੱਲਦਾ ਰਿਹਾ ਵਾ ਵਾਦ ਵਿਵਾਦ, ਉਹ ਟਾਈਮ 'ਤੇ ਨਹੀਂ ਪਹੁੰਚਦੇ ਰਹੇ ਜਾਂ ਇਹ ਨਹੀਂ ਪਹੁੰਚਦੇ ਰਹੇ, ਆਪਾਂ ਸਭ ਕੁਝ ਸੁਣਦੇ ਰਹੇ ਹਾਂ। ਪਰ ਜਿੱਥੋਂ ਤੱਕ ਆਪਾਂ ਕਰ ਸਕਦੇ ਹਾਂ ਕਿ ਜਿਹੜੀਆਂ ਅਮੈਰੀਕਾ ਕੈਨੇਡਾ ਦੀਆਂ ਗੁਰੂ ਘਰ ਨੇ, ਪ੍ਰਬੰਧਕ ਜਥੇਬੰਦੀਆਂ ਨੇ, ਉਹਨਾਂ ਨੂੰ ਇਸ ਚੀਜ਼ 'ਤੇ ਜ਼ਰੂਰ ਪਹਿਰਾ ਦੇਣਾ ਚਾਹੀਦਾ ਵਾ
ਕਿਉਂਕਿ ਆਪਣਾ ਇੱਕੋ ਤੇ ਇੱਕੋ ਇੱਕ ਇਸ਼ਟ ਹੈ ਗੁਰੂ ਗ੍ਰੰਥ ਸਾਹਿਬ, ਅਤੇ ਜੇ ਉਹਦੇ ਬਾਰੇ ਆਪਾਂ ਕੋਈ ਗੱਲ ਸੁਣਦੇ ਹਾਂ, ਸਾਡੀ ਹਰ ਚੀਜ਼ ਜਿਹੜੀ ਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਆ, ਹਰ ਉਹਦਾ ਜਵਾਬ ਜਿਹੜਾ ਵਾ ਸਾਨੂੰ ਉਹਦੇ 'ਚੋਂ ਮਿਲਦਾ ਵਾ। ਸੋ ਅਸੀਂ ਸਾਰੀਆਂ ਜਥੇਬੰਦੀਆਂ, ਪੰਥਕ ਜਥੇਬੰਦੀਆਂ ਗੁਰੂ ਘਰਾਂ ਨੇ ਇਹ ਰਲ ਕੇ ਫੈਸਲਾ ਕੀਤਾ ਵਾ। ਇਹਦੇ ਵਿੱਚ ਨਿਊ ਟ੍ਰਾਈ ਸਟੇਟ ਦੀਆਂ ਸੰਗਤਾਂ ਨੇ ਵੀ ਸ਼ਮੂਲੀਅਤ ਕੀਤੀ ਆ, ਜਿਸ ਤਰ੍ਹਾਂ ਮੈਂ ਪਹਿਲਾਂ ਦੱਸ ਚੁੱਕਾ ਕਿ ਕੈਨੇਡਾ ਵਾਲੇ ਤੋਂ ਵੀ ਸਿੰਘ ਜੁੜੇ ਕਾਨਫਰੰਸ 'ਤੇ ਰੁਕੇ ਸੀ। ਸੋ ਇਹ ਕਨਫਰਮ ਕੀਤਾ ਵਾ ਕਿ ਉਹਨਾਂ ਵੀਰਾਂ ਦੇ ਨਾਲ ਬਹਿ ਕੇ ਵੀ ਇਹ ਫੈਸਲਾ ਕੀਤਾ ਜਾਏ ਕਿ ਜੇ ਉਹ ਨਹੀਂ ਇਸ ਚੀਜ਼ ਤੋਂ ਇਸ ਚੀਜ਼ ਦੇ ਨਾਲ ਸਹਿਮਤ ਹੁੰਦੇ ਤਾਂ ਫਿਰ ਉਹਨਾਂ ਦਾ ਵੀ ਬਾਈਕਾਟ ਕੀਤਾ ਜਾਊਗਾ। ਮਾਫ਼ੀ ਚਾਹੁੰਦੇ ਹਾਂ ਕਿਉਂਕਿ ਸੰਗਤਾਂ ਵੀ ਉਹਨਾਂ ਨੂੰ ਜ਼ਿਆਦਾ ਸੁਣਨ ਆਈਆਂ ਵਾ, ਸੰਗਤਾਂ ਤੋਂ ਵੀ ਇਸ ਚੀਜ਼ ਦੀ ਮਾਫ਼ੀ ਮੰਗਦੇ ਹਾਂ ਜੀ। ਕੋਈ ਕਿਸੇ ਭੁੱਲ ਚੁੱਕ ਦੀ ਖਿਮਾ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮੂਹ ਜਥੇਬੰਦੀਆਂ ਵੱਲੋਂ ਅਤੇ ਸਾਡੇ ਗੁਰੂ ਘਰ ਦੇ ਪ੍ਰਚਾਰਕ ਭਾਈ ਹਰਜਿੰਦਰ ਸਿੰਘ ਸ੍ਰੀਨਗਰ ਵਾਲੇ, ਉਹ ਵੀ ਭਾਈ ਸਾਹਿਬ ਨੂੰ ਸਰੋਪਾ ਪਾਉਣਗੇ। ਚੰਗੇ ਭਾਗਾ ਮਹਾਨ ਹਸਤੀਆਂ ਸਾਡੇ ਗੁਰੂ ਘਰ ਵਿੱਚ ਪਹੁੰਚੀਆਂ ਹਨ। ਵਾਹਿਗੁਰੂ ਜੀ ਕੀ ਫਤਿਹ। ਸਵਾਸੂ ਸੰਗਤਾਂ ਦਾ।